त्रिपवन महीप सुर नर असुर नेत नेत बन तृण कहत तव सर्व नाम कथ कवन कर्म नाम बरनत सुमत सतनाम श्री वाहे गुरु साहेब जियो शबद शंख बज्जे अंकण अंक कुंगर गज्जे शबद शंख बज्जे अंकण अंक कुंगर गज्जे शरण नाथ तोरियं उबार लाज मोरियं अनेक रूप सोहियं विशेख देव मोहियं अदेव देव देवलं कृपा निदान केवलं सो आद अंत एकयं तरे स्वरूप अनेकयं कृपाण पाण राजई विलोक पाप भाजई अलंकृतं स्वदेहयं तनो मनो के मोहयं कमाण बाण धारही अनेक सत्र टारही कमक कुंगरं सुरंग नवंग ननाद नूपरं प्रज्वाल विज्वलं जलं पवित्र परम निर्मलं प्रज्वाल विज्वल ज्वलं पवित्र परम निर्मलं वाहिगुरु जी का खालसा वाहिगुरु जी की फतेह। सतगुरु गुरु गरीब नवाज दल भजन गुरसूरमा बड़ जोधा परोपकारी मेरे पीरी दे पालक छेवें पातशाह साहिब गुरु हरगोबिंद साहिब जी दे पावन पवित्र स्थाना विखे शब्दावतार बाणी के बोहित दसा पातशाहियां दी जोत धन धन साहिब श्री गुरु ग्रंथ साहिब महाराज सच्चे पातशाह जी के पावन चरणा च सुभाईमान गुरु खालसा सतसंग जी आप जी के अत्यंत वड्डे भाग हैं जो सतगुरां के चरणा च जुड़ के गुरबाणी के कीर्तन सादिवार भोग उपरंत लड़ीवार कलगीधर पातशाह जी की बाणी की कथा विचार श्रवण करते हो। श्री कलगीधर पिता जी महाराज विचित्र नाटक दे विच जो काल पुरख जी दे सरूप का वर्णन किया है परमेश्वर अकाल पुरख जदों काल का रूप धारदे ने ते काल का सरूप सारे जगत उत्ते बेफिक्र ते बेपरवाह हो के नच रहा है। सारी सृष्टि काल दे विच ही बनती है काल विच ही पल के अखीर नूं काल विच लीन हो जाती उस कालान काल स्वरूप की महिमा क्योंकि काल के अंदर भी अकाल पुरख आप ही है उस काल की महिमा श्री कलगीधर पातशाह जिदे विच अनेक ही काल पुरख की देमो कोटक विष्णु महेश करोड़ा ही विष्णु ब्रह्मा आदिक जिस विचों पैदा होंदे ने वो पारब्रह्म परमेश्वर सारी सृष्टि का आधार है। पारब्रह्म परमेश्वर के काल स्वरूप की महिमा कर रहे हैं। सतगुरु जी की पावन बाणी इत्थे तक कथा कल हुई सी कृपाण पाण धारियां करोड़ पाप धारियां कृपाण जिस दे हाथ विच शोभदी है ते करोड़ां पापां नूं टालदी है कृपान की तो गदा की शस्त्रां की महिमा इस बाणी विच गुरु जी ने की है। आओ सतगुरु जी के चरणों का ध्यान धरिए। महाराज सच्चे पातशाह जी की पावन बाणी का आनंद माणो हाजरी लवाइए जी। सतनाम वाहे गुरु साहिब जी सतनाम वाहे गुरु साहिब जियो।
ਵਾਹਿਗੁਰੂ ਜੀ ਸ਼ਬਦ ਸੰਖ ਵੱਜਿਆ ਕਾਲ ਪੁਰਖ ਦੇ ਹੱਥ ਵਿੱਚ ਜੋ ਸ਼ੰਖ ਵੱਜ ਰਿਹਾ ਇਹ ਵੀ ਜਿੱਤ ਦਾ ਵਾਚਕ ਹੈ। ਰਣ ਸਿੰਘੇ ਨਗਾਰੇ ਘੁੰਗਰੂ ਝਾਂਜਰ ਜੋ ਪ੍ਰਸੰਨਤਾ ਦਾ ਵਾਚਕ ਆਵਾਜ਼ ਨਾਦ ਅਤੇ ਕਾਲ ਦੀ ਨਾਦ ਹੁੰਦਾ ਉਹਦਾ ਹੁਕਮ ਕਹਿੰਦੇ ਜਿਵੇਂ ਜੰਗ ਦੇ ਵਿੱਚ ਸ਼ੰਖ ਵੱਜਦਾ ਹੈ ਇਸ ਤਰ੍ਹਾਂ ਕਾਲ ਦੇ ਸਾਥ ਵਿੱਚ ਸ਼ਬਦ ਸੰਖ ਵੱਜੇ ਜਿਹੜਾ ਸ਼ੰਖ ਦੀ ਆਵਾਜ਼ ਇਸ ਤਰ੍ਹਾਂ ਵੱਜ ਰਹੀ ਹੈ ਉਹਦੇ ਹੁਕਮ ਦੀ ਆਵਾਜ਼ ਸ਼ਬ ਅਸੰਖ ਦੇ ਸਮਾਨ ਹੈ। ਕਣਕ ਘੁੰਗਰ ਗੱਜਿਆ ਜਿਸ ਪ੍ਰਕਾਰ ਘੁੰਗਰੂ ਦੀ ਕਣਕਰ ਘੁੰਗਰੂ ਦੀ ਆਵਾਜ਼ ਆਉਂਦੀ ਹੈ ਇੱਦਾਂ ਕਾਲ ਦੀ ਆਵਾਜ਼ ਜਿਹੜੀ ਹੁਕਮ ਦੀ ਸਾਰਿਆਂ ਦੇ ਉੱਤੇ ਮੰਡਰਾ ਰਹੀ ਹੈ। ਸਰਨ ਨਾਥ ਤੋਰੀਅੰ ਹੇ ਨਾਥ ਹੇ ਸਵਾਮੀ ਆਪ ਜੀ ਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਹੈ ਅਸੀਂ ਤੁਹਾਡੀ ਸ਼ਰਨ ਵਿੱਚ ਪੈਂਦੇ ਹਾਂ। ਉਬਾਰ ਲਾਜ ਮੋਰੀਅੰ ਕਿਰਪਾ ਕਰਕੇ ਸਾਡੀ ਲਾਜ ਰੱਖ ਲਓ ਪੱਤ ਰੱਖ ਲਓ ਮਹਾਰਾਜ ਉਬਾਰ ਲੈਣਾ ਕਰੋ ਇਸ ਮਾਇਆ ਦੇ ਸੰਸਾਰ ਵਿੱਚੋਂ। ਅਨੇਕ ਰੂਪ ਸੋਹੀਅੰ ਆਪ ਜੀ ਅਨੇਕ ਰੂਪਾਂ ਵਿੱਚ ਸੁਭਾਇਮਾਨ ਹੋ ਰਹੇ ਇੱਕ ਹੋ ਕਰਕੇ ਅਨੇਕ ਭਾਂਤ ਹੋਏ ਪਸਰਿਆ ਨਾਨਕ ਇੱਕ ਓਂਕਾਰ ਹੈ ਤਾਂ ਇੱਕੋ ਹੀ ਹੈ ਅਨੇਕ ਰੂਪਾਂ ਵਿੱਚ ਆਪ ਹੀ ਪਸਰਿਆ ਹੋਇਆ ਹੈ ਅਨੇਕ ਰੂਪ ਸੋਹੀਅੰ। ਹੇ ਸ੍ਰੀ ਅਕਾਲ ਪੁਰਖ ਜੀ ਆਪ ਜੀ ਦੇ ਅਨੇਕਾਂ ਰੂਪ ਹੀ ਸੁਭਾਇਮਾਨ ਹੋ ਰਹੇ ਨੇ ਕਾਲ ਹੀ ਸਾਰੇ ਰੂਪਾਂ 'ਚ ਬਹਾਨੇ ਕੋਈ ਬਣ ਜਾਂਦੇ ਹਨ। ਦੁਨੀਆਂ ਦੇ ਵਿੱਚ ਕਿਤੇ ਬਿਮਾਰੀ ਦਾ ਬਹਾਨਾ ਹੈ ਕਿਤੇ ਚਿੰਤਾਵਾਂ ਦਾ ਬਹਾਨਾ ਹੈ ਕੋਈ ਤਲਵਾਰ ਬੰਦੂਕ ਦੇ ਨਾਲ ਮੌਤ ਹੋ ਰਹੀ ਹੈ ਕਿਧਰੇ ਸੁਭਾਵਕ ਹੀ ਕੋਈ ਨਾ ਕੋਈ ਕਿਰਿਆ ਐਸੀ ਬਣ ਗਈ ਇਹ ਸਾਰੇ ਬਹਾਨੇ ਤੇਰੇ ਹੀ ਸੋਭ ਰਹੇ ਹਨ। ਹੇ ਅਕਾਲ ਜੀ ਆਪ ਹੀ ਸਾਰੇ ਜਗਤ ਨੂੰ ਆਪਣੇ ਵਿੱਚ ਲੀਨ ਕਰ ਰਹੇ ਹਾਂ ਅਤੇ ਕਾਲ ਪਾਲਦਾ ਵੀ ਹੈ ਰੱਖਿਆ ਵੀ ਕਰਦਾ ਰੱਖਿਆ ਕਰਨ ਦੇ ਬਹਾਨੇ ਵੀ ਕਈ ਨਜ਼ਰ ਆ ਰਹੇ ਨੇ ਉਹ ਵੀ ਹੇ ਸ੍ਰੀ ਅਕਾਲ ਜੀ ਤੁਸੀਂ ਆਪੇ ਹੀ ਅਨੇਕ ਰੂਪਾਂ ਵਿੱਚ ਸੋਭ ਰਹੇ ਹੋ। ਵਿਸ਼ੇਖ ਦੇਵ ਮੋਹੀਅੰ ਵੱਡੇ ਵੱਡੇ ਵਿਸ਼ੇਸ਼ ਦੇਵਤਾ ਵੀ ਜਿਹੜੇ ਨੇ ਉਹ ਵੀ ਤੇਰੇ ਅੱਗੇ ਮੋਹਿਤ ਹੋ ਜਾਂਦੇ ਨੇ ਕਿਉਂਕਿ ਉਹ ਵੀ ਕਾਲ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਬ੍ਰਹਮਾ ਦੀ ਵੀ ਉਮਰ ਦੱਸੀ ਗਈ ਹੈ ਚਾਰ ਯੁੱਗਾਂ ਦੀ ਇੱਕ ਚੌਂਕੜੀ ਹੈ ਜਿਸ ਸਮੇਂ ਇਹੋ ਜਿਹੀਆਂ ਹਜ਼ਾਰ ਚੌਂਕੜੀਆਂ ਬੀਤ ਜਾਂਦੀਆਂ ਨੇ 32,64,000 ਸਾਲ ਦੀ ਚਾਰ ਯੁੱਗਾਂ ਦੀ ਉਮਰ ਹੈ। ਜਦੋਂ ਇੱਦਾਂ ਦੇ ਚਾਰ ਯੁੱਗ ਬੀਤ ਕੇ ਅਤੇ ਉਹ ਵੀ ਹਜ਼ਾਰ ਵਾਰੀ ਐਸੀ ਐਸੀ ਚੌਂਕੜੀ ਯੁੱਗ ਜਬ ਜਾਏ ਹਜ਼ਾਰ ਬ੍ਰਹਮਾ ਯੁੱਗ ਕੋ ਏਕ ਦਿਨ ਇਹ ਬ੍ਰਹਮਾ ਦਾ ਇੱਕ ਦਿਨ ਮੰਨਿਆ ਜਾਂਦਾ ਫਿਰ ਬ੍ਰਹਮਾ ਦੇ ਇੱਕ ਦਿਨ ਦੇ ਨਾਲ ਇਹੋ ਜਿਹੇ ਜਦੋਂ 100 ਜਿੰਨਾ ਦਿਨ ਹੈ ਉਨੀ ਹੀ ਰਾਤ ਹੈ ਹਜ਼ਾਰ ਯੁੱਗਾਂ ਜਿੰਨਾ ਸਮਾਂ ਜਦੋਂ ਬ੍ਰਹਮਾ ਦਾ ਦਿਨ ਹੈ ਅਤੇ ਸ੍ਰਿਸ਼ਟੀ ਦੀ ਉਤਪੱਤੀ ਹੈ ਅਤੇ ਜਦੋਂ ਬ੍ਰਹਮਾ ਦੀ ਰਾਤ ਹੁੰਦੀ ਹੈ ਉਦੋਂ ਸ੍ਰਿਸ਼ਟੀ ਦੀ ਪਰਲਾ ਹੈ ਅਤੇ ਜਦੋਂ ਬ੍ਰਹਮਾ ਦਾ 100 ਇਸ ਤਰ੍ਹਾਂ ਦੇ 365 ਦਿਨਾਂ ਦਾ ਸਾਲ ਬੀਤਦਾ ਹੈ ਇੱਦਾਂ ਦੇ ਜਦੋਂ 100 ਸਾਲ ਬੀਤ ਜਾਂਦੇ ਨੇ ਤਾਂ ਇੱਕ ਮਹਾਂਪਰਲੈ ਹੁੰਦੀ ਹੈ ਉਦੋਂ ਬ੍ਰਹਮਾ ਦੀ ਮੌਤ ਹੋ ਜਾਂਦੀ ਹੈ। ਯਾਨੀ ਜਿਹੜੇ ਦਿਨ ਆਪਾਂ ਗਿਣੇ ਨੇ ਇੱਕ ਦਿਨ ਵਿੱਚ 1,000 ਚੌਂਕੜੀਆਂ ਬੀਤਦੀਆਂ ਨੇ 32,64,000 ਸਾਲ ਦਾ ਇੱਕ ਦਿਨ ਓਨੀ ਹੀ ਰਾਤ ਇਹੋ ਜਿਹੀਆਂ ਇੰਨੇ ਸਾਲ ਗੁੜ ਕੇ ਉਹਨੂੰ 1,000 ਗੁਣਾ ਕਰ ਲਓ 1,000 ਇੰਨੇ 1,000 ਜਦੋਂ ਯੁੱਗ ਬੀਤ ਜਾਣ ਉਸ ਤੋਂ ਬਾਅਦ ਫਿਰ ਓਨੀ ਰਾਤ ਇਹੋ ਜਿਹੇ ਫਿਰ ਮਹੀਨੇ ਸਾਲ
ਫਿਰ ਉਹ ਕਹਿਣ ਦਾ ਭਾਵ ਹੈ, ਇਹ ਸ਼ਾਸਤਰਾਂ ਦੀ ਗਿਣਤੀ ਦੱਸੀ ਜਾਂਦੀ ਪਰ ਇਹਦਾ ਅਰਥ ਇੱਕ ਨਿਕਲਦਾ ਵੀ ਕਾਲ ਦੇ ਵਿੱਚ ਹੀ ਬਣਦੇ ਨੇ। ਸਮਾਂ ਤਾਂ ਉਹਨਾਂ ਦਾ ਵੀ ਆਉਂਦਾ ਪਰ ਜਿਹਨੇ ਅਨੇਕ ਬ੍ਰਹਮਾ ਪੈਦਾ ਕੀਤੇ ਨੇ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ। ਅਤੇ ਜਿਹੜੇ ਬ੍ਰਹਮਾ ਦਾ ਇੱਕ ਦਿਨ ਹੈ, ਬ੍ਰਹਮਾ ਦੇ ਇੱਕ ਦਿਨ ਦੇ ਵਿੱਚ 14 ਵਾਰੀ ਇੰਦਰ ਰਾਜ ਕਰਕੇ ਮਿਟ ਜਾਂਦੇ ਇੱਕ ਦਿਨ ਵਿੱਚ। ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰਾਂ ਦਾ ਰਾਜ ਖਤਮ ਹੋ ਜਾਂਦਾ, ਯਾਨੀ ਉਹ ਮਰ ਜਾਂਦੇ। ਇਹੋ ਜਿਹੀ ਕਾਲ ਦੀ ਰਚਨਾ ਹੈ ਜਿਹਦਾ ਅੰਤ ਕੋਈ ਨਹੀਂ। ਅਤੇ ਬ੍ਰਹਮਾ ਦਾ ਤਾਂ ਅੰਤ ਹੁੰਦਾ ਹੈ, ਵਿਸ਼ੇਖ ਦੇਵ ਮੋਹੀ, ਜੋ ਵਿਸ਼ੇਸ਼ ਵੱਡੇ ਵੱਡੇ ਦੇਵਤਾ ਨੇ ਕਾਲ ਪੁਰਖ ਉਹਨਾਂ ਨੂੰ ਵੀ ਆਪਣੇ ਵਿੱਚ ਲੀਨ ਕਰਦਾ ਹੈ। ਅਦੇਵ ਦੇਵ ਦੇਵਲੰ, ਹੇ ਵਾਹਿਗੁਰੂ ਜੀ, ਆਪ ਜੀ ਦਾ ਕਾਲ ਸਰੂਪ ਐਸਾ ਹੈ, ਦੈਂਤ ਅਤੇ ਦੇਵ ਉਹਨਾਂ ਸਾਰਿਆਂ ਦੇ ਵਿੱਚ ਤੇਰਾ ਹੀ ਵਾਸਾ ਹੈ। ਦੈਂਤਾਂ ਵਿੱਚ ਵੀ, ਦੇਵਤਿਆਂ ਵਿੱਚ ਵੀ, ਦੇਵਲੰ ਉਹਨਾਂ ਦੇ ਦੇਵ ਸਥਾਨਾਂ ਵਿੱਚ ਵੀ, ਉਹਨਾਂ ਦੇ ਘਰਾਂ ਵਿੱਚ ਵੀ ਆਪ ਹੀ ਕਿਰਪਾ ਕਰ ਰਿਹਾ ਹੈ। ਕਿਰਪਾ ਨਿਧਾਨ ਕੇਵਲੰ, ਕਿਰਪਾ ਦਾ ਖਜ਼ਾਨਾ ਕੇਵਲ ਇੱਕ ਤੂੰ ਹੀ ਹੈ ਜੋ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ। ਦੈਂਤਾਂ ਦੇ ਵਿੱਚ ਵੀ ਤੇਰੀ ਸੱਤਾ ਹੈ, ਦੇਵਤਿਆਂ ਵਿੱਚ ਵੀ ਤੇਰੀ ਸੱਤਾ ਹੈ। ਸੋ ਆਦ ਅੰਤ ਏਕੇ ਅੰਗ, ਹੇ ਵਾਹਿਗੁਰੂ, ਆਦਿ ਤੋਂ ਲੈ ਕਰਕੇ ਅੰਤ ਤੱਕ ਇੱਕ ਕੇਵਲ ਆਪ ਹੀ ਹੋ। ਕਾਲ ਦਾ ਸਰੂਪ ਧਾਰ ਕੇ ਵੀ ਤੁਸੀਂ ਹੀ ਵਰਤੋ, ਕਿਉਂਕਿ ਇੱਥੇ ਵਾਹਿਗੁਰੂ ਜੀ ਦੇ ਕਾਲ ਰੂਪ ਦੀ ਮਹਿਮਾ ਚੱਲ ਰਹੀ ਨਾ। ਹੇ ਕਰਤਾ ਪੁਰਖ ਜੀ, ਕਾਲ ਦਾ ਰੂਪ ਧਾਰ ਕੇ ਇੱਕ ਤੁਸੀਂ ਰਹਿੰਦੇ ਹੋ, ਬਾਕੀ ਸਾਰੀ ਸ੍ਰਿਸ਼ਟੀ ਤੁਹਾਡੇ ਵਿੱਚ ਲੀਨ ਹੋ ਜਾਂਦੀ ਹੈ। ਧਰੇ ਸੋ ਰੂਪ ਅਨੇਕੇ ਅੰਗ, ਕਾਲ ਵਿੱਚੋਂ ਅਨੇਕਾਂ ਰੂਪ ਧਾਰਨ ਹੁੰਦੇ ਨੇ, ਕਈ ਰੂਪ ਆਏ ਅਤੇ ਉਹ ਸਾਰੇ ਰੂਪ ਧਾਰਨ ਕੀਤੇ ਗਏ ਹਨ, ਪਰ ਰਹਿਣਾ ਤਾਂ ਆਦਿ ਤੋਂ ਅੰਤ ਤੱਕ ਇੱਕੋ ਨਹੀਂ ਹੈ, ਅਨੇਕ ਰੂਪ ਹੁੰਦਿਆਂ ਹੋਇਆਂ ਵੀ। ਕਿਰਪਾਨ ਪਾਣ ਰਾਜਈ, ਹੇ ਕਾਲ ਪੁਰਖ ਜੀ, ਆਪ ਜੀ ਦੇ ਹੱਥ ਵਿੱਚ ਕਿਰਪਾਨ, ਕਿਰਪਾ ਦਾ ਘਰ, ਆਪ ਦੇ ਹੱਥ ਵਿੱਚ ਵਿਰਾਜਮਾਨ ਹੈ। ਸ੍ਰੀ ਸਾਹਿਬ ਦਾ ਰੂਪ, ਸ਼ਸਤਰ ਦਾ ਰੂਪ ਪਰਮੇਸ਼ਰ ਦੇ ਹੱਥ ਵਿੱਚ ਸੁਭਾਜਮਾਨ। ਬਿਲੋਕ ਪਾਪ ਭਾਜਈ, ਜਿਹਦੇ ਸਰੂਪ ਨੂੰ ਵੇਖ ਕਰਕੇ ਅਨੇਕਾਂ ਪਾਪ ਭੱਜ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਦੂਰ ਹੋ ਜਾਂਦੇ ਆ। ਅਲੰਕ੍ਰਿਤੰ ਸੋ ਦੇਹੇ ਅੰਗ, ਜਿਹਦਾ ਦੇਹੀ, ਜਿਹਦਾ ਸਰੂਪ ਸਰੀਰ ਅਲੰਕ੍ਰਿਤ ਗਹਿਣਿਆਂ ਦੇ ਸਮੇਤ ਹੈ, ਸੁਸ਼ੋਭਿਤ ਹੈ, ਐਸਾ ਸਰੂਪ ਹੈ ਜਿਹਦੇ ਉੱਤੇ ਬਹੁਤ ਸੁੰਦਰ ਗਹਿਣੇ। ਕਾਲ ਦੇ ਗਹਿਣੇ ਕੀ ਹਨ? ਕਾਲ ਦੇ ਗਹਿਣੇ ਸੰਗਤ ਜੀ, ਸੱਪ, ਕੀੜੇ, ਸੂਖਸ਼ਮ ਤੋਂ ਸੂਖਸ਼ਮ ਕੀਟਾਣੂ ਜੋ ਬਿਮਾਰੀਆਂ ਦਾ ਕਾਰਨ ਬਣਦੇ ਨੇ, ਮੌਤ ਦਾ ਕਾਰਨ ਬਣਦੇ, ਇਹ ਕਾਲ ਦੇ ਗਹਿਣੇ ਹਨ। ਕਾਲ ਦੇ ਗਹਿਣੇ, ਛੋਟੇ ਤੋਂ ਛੋਟੇ ਕੀਟਾਣੂ ਸਰੀਰ ਨੂੰ ਖਾਂਦੇ ਨੇ, ਇਹ ਕਾਲ ਦੇ ਸਮੇਂ ਦੇ ਗਹਿਣੇ ਨੇ ਜੋ ਚਮਕ ਰਹੇ ਨੇ, ਉਹਨਾਂ ਅੱਗੇ ਸਾਡੀ ਸ਼ੋਭਾ ਫਿੱਕੀ ਪੈ ਜਾਂਦੀ ਸਰੀਰਾਂ ਦੀ। ਜਿੰਨਾ ਮਰਜ਼ੀ ਬਲੀ ਸੁੰਦਰ ਸਰੀਰ ਹੋਵੇ, ਤਾਕਤਵਰ ਹੋਵੇ, ਰਿਸ਼ਟ ਪੁਸ਼ਟ ਹੋਵੇ ਅੰਦਰੋਂ, ਜਦੋਂ ਕਾਲ ਦੇ ਗਹਿਣਾ ਚਮਕਦਾ ਹੈ ਬਿਮਾਰੀ ਦੇ ਰੂਪ ਵਿੱਚ, ਕੀਟਾਣੂ ਦੇ ਰੂਪ ਵਿੱਚ, ਕੋਈ ਦੁੱਖ ਦੇ ਰੂਪ ਵਿੱਚ, ਬਾਹਰੀ ਕੋਈ ਅਨੇਕ ਪ੍ਰਕਾਰ ਦੀ ਲੀਲਾ ਵਰਤਦੀ ਹੈ, ਉਦੋਂ ਬਲੀ ਬਲੀ ਰਿਸ਼ਟ ਪੁਸ਼ਟ ਵਾਲਿਆਂ ਦੀ ਸੱਤਾ ਫਿੱਕੀ ਪੈ ਜਾਂਦੀ। ਇਸ ਕਰਕੇ ਕਾਲ ਦੇ ਪਾਏ ਹੋਏ ਗਹਿਣੇ ਬਹੁਤ ਸ਼ੋਭ ਨੇ, ਉਹ ਸਦਾ ਹੀ ਚਮਕ ਰਹੇ। ਅਲੰਕ੍ਰਿਤੰ ਸਵਦੇਹ, ਜਿਹਦੀ ਦੇਹੀ ਅਲੰਕ੍ਰਿਤੰ ਹੈ, ਗਹਿਣਿਆਂ ਦੇ ਸਮੇਤ ਹੈ, ਚਮਕ ਰਹੀ। ਤਨੋ ਮਨੋ ਕੇ ਮੋਹਯੰ, ਤਨ ਅਤੇ ਮਨ ਨੂੰ ਮੋਹਿਤ ਕਰਨ ਵਾਲੀ, ਸਾਰਿਆਂ ਦੇ ਤਨ ਮਨ ਉਹਦੇ ਵਿੱਚ ਖਿੱਚੇ ਜਾਂਦੇ। ਬਲੀ ਬਲੀ ਸਮਰੱਥ ਲੋਕ ਵੀ
ਕਾਲ ਦੇ ਅਧੀਨ ਹੋ ਕੇ ਸੰਸਾਰ ਤੋਂ ਚਲੇ ਜਾਣ। ਕਮਾਣ ਬਾਣ ਧਾਰ ਹੀ ਕਾਲ ਦੇ ਹੱਥ ਵਿੱਚ ਤੀਰ ਕਮਾਣ ਧਾਰਨ ਕੀਤਾ ਹੋਇਆ ਹੈ। ਕਾਲ ਦੇ ਤੀਰ ਚੱਲ ਰਹੇ ਨੇ। ਪਹਿਲਾ ਤੀਰ ਚੱਲਦਾ ਕਾਲੀ ਹੂੰਫੁਨ ਧੌਲੇ ਆਏ ਭਵਰ ਗਏ ਬਗ ਬੈਠੇ ਆ। ਕਾਲੇ ਤੋਂ ਚਿੱਟੇ ਹੋ ਗਏ, ਬਗਲੇ ਬੱਗੇ ਹੋ ਗਏ। ਹੌਲੀ ਹੌਲੀ ਸਰੀਰ ਦੀਆਂ ਇੰਦਰੀਆਂ ਜੀ ਪੈਰ ਦੁਖਦੇ ਹਨ, ਜੋੜ ਦੁਖਦੇ ਨੇ, ਗੋਡੇ ਦਰਦ ਹੁੰਦੇ ਨੇ, ਬਿਮਾਰੀਆਂ ਸਰੀਰ ਦੀਆਂ ਪੀੜਾਵਾਂ ਸਰੀਰਾਂ 'ਤੇ। ਫਿਰ ਹੌਲੀ ਹੌਲੀ ਸਿਰ ਕੰਪਿਓ, ਪੱਗ ਡਗਮਗੈ ਨੈਣ ਜੋਤੇ ਹੀ। ਇਹ ਕਾਲ ਦੇ ਤੀਰ ਕਮਾਣ ਬਾਣ ਧਾਰੇ, ਇਹਨਾਂ ਕਾਲ ਪੁਰਖ ਜੀ ਨੇ ਆਪਣੇ ਹੱਥ ਵਿੱਚ ਤੀਰ ਕਮਾਣ ਧਾਰਿਆ ਹੋਇਆ ਹੈ, ਜੋ ਸਾਰੇ ਜਗਤ ਨੂੰ ਆਪਣੇ ਇਸ 'ਤੇ ਵੱਸ ਕੀਤਾ ਹੈ। ਅਨੇਕ ਛੱਤਰ ਟਾਰ ਹੀ, ਅਨੇਕਾਂ ਸ਼ਤਰੂਆਂ ਨੂੰ ਟਾਲਣ ਵਾਲਾ ਹੈ, ਦੂਰ ਕਰਨ ਵਾਲਾ। ਕਾਲ ਦਾ ਕੋਈ ਸ਼ਤਰੂ ਖੜ ਹੀ ਨਹੀਂ ਸਕਦਾ। ਜਿਹੜੇ ਆਖਦੇ ਸੀ ਅਸੀਂ ਕਾਲ ਨੂੰ ਖਾ ਜਾਵਾਂਗੇ, ਉਹ ਵੀ ਮਾਰੇ ਗਏ। ਅਨੇਕਾਂ ਸ਼ਤਰੂਆਂ ਨੂੰ ਟਾਰਨ ਵਾਲਾ ਸਰੂਪ ਹੈ, ਅਤੇ ਕਾਲ ਦਾ ਹੀ ਸਰੂਪ ਮੰਨੋ ਜਿਹੜਾ ਸ਼ਸਤਰ ਧਾਰਨ ਕਰਨੇ, ਜੋ ਅਨੇਕ ਸ਼ਤਰੂਆਂ ਨੂੰ ਵੈਰੀਆਂ ਨੂੰ ਦੂਰ ਕਰਦਾ ਹੈ, ਤੁਹਾਡੀ ਰੱਖਿਆ ਵੀ ਕਰਦਾ ਹੈ ਤੀਰ ਕਮਾਣ ਦੇ ਰੂਪ ਵਿੱਚ, ਸ਼ਸਤਰਾਂ ਦੇ ਸਰੂਪ ਵਿੱਚ। ਕਮਕ ਘੁੰਗਰੰ ਸੁਰੰ, ਉਹਦੇ ਪਾਏ ਹੋਏ ਜਿਹੜੇ ਘੁੰਗਰੂ ਹਨ ਉਹਨਾਂ ਦੀ ਆਵਾਜ਼ ਕਮਕ ਬੜੀ ਪਿਆਰੀ ਹੈ। ਉਹ ਹੈ ਉਹਦੇ ਹੁਕਮ ਦੀ ਆਵਾਜ਼, ਜਿਹੜਾ ਉਹਦਾ ਹੁਕਮ ਵਰਤਦਾ ਹੈ। ਨਵੰਗ ਨਾਦ ਨੂਪਰੰ, ਐਸੀ ਪਿਆਰੀ ਮਿੱਠੀ ਝਾਂਜਰ ਦੀ ਆਵਾਜ਼ ਹੈ ਨੂਪਰ ਦੀ, ਜਿਹੜੀ ਸਾਰਿਆਂ ਦੇ ਮਨ ਨੂੰ ਮੋਹਿਤ ਕਰਦੀ ਹੈ। ਪ੍ਰਜਵਾਲ ਬਿਜੁਲੰ ਜਲੰ, ਜਿਸ ਦੀ ਚਮਕ ਇਸ ਪ੍ਰਕਾਰ ਹੈ ਜਿਵੇਂ ਬਿਜਲੀ ਦੀ ਰੋਸ਼ਨੀ, ਲਾਈਟ ਅਗਨੀ, ਬਿਜਲੀ ਦੀ ਲਾਟ ਚਮਕਦੀ ਹੈ, ਇੱਦਾਂ ਹੀ ਪਰਮੇਸ਼ਰ ਦੇ ਸਰੂਪ ਦੀ, ਕਾਲ ਰੂਪ ਦੀ ਲਾਟ ਸਦਾ ਚਮਕ ਰਹੀ ਹੈ। ਯਾਨੀ ਉਹਦਾ ਪ੍ਰਤਾਪ ਸਦਾ ਹੀ ਸਾਰਿਆਂ ਉੱਤੇ ਪ੍ਰਬਲ ਹੈ। ਪਵਿੱਤਰ ਪਰਮ ਨਿਰਮਲੰ, ਮਹਾਨ ਪਵਿੱਤਰ ਵਿੱਚੋਂ ਪਵਿੱਤਰ ਹੈ, ਨਿਰਮਲ ਸਰੂਪ ਹੈ ਕਾਲ। ਤੋਟਕ ਛੰਦ ਤੁਆ ਪ੍ਰਸਾਦ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਟਕ ਛੰਦ ਵਿੱਚ ਬਾਣੀ ਉਚਾਰਦੇ ਹਨ, ਅਤੇ ਕਾਲ ਦੇ ਸਰੂਪ ਦੀ ਹੁਣ ਵੀਰ ਰਸੀ ਰੂਪ ਦੀ, ਕਿ ਉਹ ਬਹੁਤ ਬੇਪਰਵਾਹ ਰੂਪ ਹੈ, ਉਸ ਰੂਪ ਦੀ ਉਪਮਾ ਹੈ। ਤੁਆ ਪ੍ਰਸਾਦ ਹੈ ਵਾਹਿਗੁਰੂ ਤੇਰੀ ਕਿਰਪਾ ਨਾਲ ਉਚਾਰਨ ਕਰਦੇ। ਨਾਵ ਨੇਵਰ ਨਾਦ ਸੁਰੰਗ ਨਿਰਮਲੰ, ਉਹਦੇ ਹੁਕਮ ਦੀ ਆਵਾਜ਼ ਸਦਾ ਹੀ ਪਵਿੱਤਰ ਅਤੇ ਨਿਰਮਲ ਹੈ। ਨੇਵਰ ਨਾਮ ਝਾਂਜਰਾਂ ਦਾ ਹੈ, ਜੋ ਉਹਦੇ ਹੁਕਮ ਦਾ ਨਾਦ ਵੱਜ ਰਿਹਾ। ਮੁੱਖ ਬਿਜਲ ਜਵਾਲ ਘਣ ਪ੍ਰਜਵਲੰ, ਜਿਵੇਂ ਘਣ ਬੱਦਲਾਂ ਦੇ ਵਿੱਚੋਂ ਬਿਜਲੀ ਦੀ ਲਾਟ ਹੈ, ਇਸੇ ਤਰ੍ਹਾਂ ਉਹਦੇ ਮੁੱਖ ਦੇ ਵਿੱਚੋਂ, ਕਾਲ ਦੇ ਮੂੰਹ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਨੇ। ਯਾਨੀ ਜਿੰਨੀ ਵੀ ਅਗਨੀ ਹੈ ਇਹ ਕਾਲ ਦਾ ਮੁੱਖ ਹੈ। ਜਿੱਥੇ ਜਿੱਥੇ ਅਗਨੀ, ਹੁਣ ਆਪਣਾ ਪੇਟ ਹੈ, ਪੇਟ ਦੇ ਵਿੱਚ ਜਠਰ ਅਗਨੀ ਹੈ, ਉਹ ਜਠਰ ਅਗਨੀ ਜਿਹੜੀ ਹੈ, ਜਿੰਨਾ ਆਪਾਂ ਖਾਂਦੇ ਹਾਂ ਸਾਰਾ ਕੁਝ ਭਸਮ ਹੋ ਜਾਂਦਾ, ਸਵਾਹ ਹੋ ਜਾਂਦਾ। ਅਨੇਕ ਸਾਲਾਂ ਤੋਂ ਖਾ ਕੇ ਖਾਣੇ ਨੂੰ ਭਸਮ ਕਰਨ ਵਾਲੀ ਅੰਦਰ ਇੱਕ ਸ਼ਕਤੀ ਹੈ, ਉਹ ਜਠਰ ਅਗਨੀ ਸਾਰਿਆਂ ਦੇ ਪੇਟਾਂ ਪੇਟ ਵਿੱਚ ਹੈ। ਇਸੇ ਤਰ੍ਹਾਂ ਅਨੰਤ ਬ੍ਰਹਿਮੰਡ ਦੇ ਵਿੱਚ ਉਹ ਅਗਨੀ ਵਿਆਪਕ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਲੀਨ ਕਰ ਰਹੀ। ਅੱਗ ਹੀ ਕਾਲ ਦਾ ਮੁੱਖ ਹੈ, ਅਤੇ ਬਿਜਲੀ ਦੇ ਸਮਾਨ ਚਮਕ ਰਹੀ ਹੈ ਲਾਟ। ਕਾਲ ਇਸ ਤਰ੍ਹਾਂ ਬੇਪਰਵਾਹ ਹੋ ਕੇ ਫਿਰਦਾ ਕਿ ਉਹ ਆਪਣੇ ਮੂੰਹ ਵਿੱਚੋਂ ਲਾਟਾਂ ਛੱਡ ਰਿਹਾ। ਜੇ ਕੋਈ ਚੀਜ਼ ਸਾਹਮਣੇ ਮੂੰਹ ਵਿੱਚੋਂ ਲਾਟਾਂ ਛੱਡਦਾ ਆ ਜਾਏ ਤਾਂ ਬੰਦੇ ਨੂੰ ਪਿਆ ਹੁੰਦਾ ਵੀ ਇਹਦੇ ਸਾਹਮਣੇ ਬਚਣਾ ਕਿੰਨੇ। ਦਸਵੇਂ ਪਾਤਸ਼ਾਹ ਕਹਿੰਦੇ ਕਾਲ ਦੇ ਸਾਹਮਣੇ ਕੋਈ ਨਹੀਂ ਬਚਦਾ, ਉਹ ਬੇਫਿਕਰ ਹੋ ਕੇ ਬੇਪਰਵਾਹ ਹੋ ਕੇ ਸਾਰਿਆਂ ਨੂੰ ਖਾ ਰਿਹਾ ਹੈ। ਕਿੰਨਾ ਬੇਪਰਵਾਹ ਹੈ,
मदरा कर मत महाभवकम। कहते जिस तरह किसी हाथी नू शराब पिया दिती जावे ना, ते शराब विच नरमस्त हाथी, वैसे हाथी नू शराब पियाने दी लोड़ नहीं आती, ऐसा मन्या जाता शराब उहदे कन्नां विचों चौंदी, हाथी दे उहदे कन्नां विच ऐसा रस चौंदा है जो नशीला है, जो शराब वाला है। इस करके जदों हाथी दे कन्नां चों ऐसा रस चोवे तां उहदी जिहड़ी प्रवृत्ति है ਉਹ ਮਸਤ ਹਾਥੀ ਦੀ ਆਪਣੀ ਮਨ ਮਰਜ਼ੀ ਹੁੰਦੀ ਹੈ ਅਤੇ ਉਹ ਉੱਚੀ ਉੱਚੀ ਝੰਗਾੜਦਾ ਹੈ ਆਪਣੀ ਮਨ ਮਰਜ਼ੀ ਨਾਲ ਇੱਧਰ ਉੱਧਰ ਫਿਰਦਾ ਅਤੇ ਜਿੰਨੇ ਸਾਹਮਣੇ ਦਰੱਖਤ ਆਉਂਦੇ ਨੇ ਪੱਟੀ ਜਾਂਦਾ ਮਸਤੀ ਦੇ ਵਿੱਚ ਕਿਸੇ ਨੂੰ ਨਹੀਂ ਦੇਖਦਾ ਜਦੋਂ ਬਹੁਤ ਜ਼ਿਆਦਾ ਮਸਤੀ 'ਚ ਆ ਜਾਏ ਤਾਂ ਕੋਈ ਉਸ ਨੂੰ ਕਾਬੂ ਨਹੀਂ ਕਰ ਸਕਦਾ ਇਹ ਇੱਕ ਪ੍ਰਮਾਣ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਤਿਹਾਸ ਵਿੱਚ ਇੱਕ ਪ੍ਰਮਾਣ ਵੀ ਦਿੱਤਾ ਹੈ ਉੱਥੇ ਮਹਾਰਾਜ ਇਸ ਤਰ੍ਹਾਂ ਆਖਿਆ ਨਾਨਕ ਪ੍ਰਕਾਸ਼ 'ਚ ਕਥਾ ਆਉਂਦੀ ਹੈ ਮਹਾਰਾਜ ਕਹਿੰਦੇ ਜਿਵੇਂ ਕਾਲ ਤਾਂ ਇਸ ਤਰ੍ਹਾਂ ਵਰਤਦਾ ਜਿਵੇਂ ਇੱਕ ਛੋਟਾ ਜਿਹਾ ਬੱਚਾ ਨਾ ਉਹ ਕੋਈ ਵਿਚਾਰ ਗਿਆਨ ਦ੍ਰਿਸ਼ਟੀ ਨਾਲ ਨਹੀਂ ਦੇਖਦਾ ਉਹ ਕੀ ਕਰਦਾ ਕਿ ਸਾਹਮਣੇ ਫਲ ਲੱਗੇ ਨੇ ਅੰਬਾਂ ਦੇ ਦਰਖਤ ਤੋਂ ਅੰਬ ਤੋੜਨ ਵਾਸਤੇ ਕੱਚੇ ਪੱਕੇ ਨਹੀਂ ਵੇਖਦਾ ਉਹਨੇ ਜ਼ੋਰ ਦੀ ਹੱਥ ਵਿੱਚ ਡਾਂਗ ਫੜੀ ਹੈ ਰੋੜੇ ਪਕੜੇ ਹੋਏ ਨੇ ਰੋੜਾ ਮਾਰਦਾ ਡਾਂਗ ਮਾਰਦਾ ਕੱਚੇ ਪੱਕੇ ਸਾਰੇ ਤੋੜ ਦਿੰਦਾ ਉਹਨੂੰ ਇਹ ਦਿਖਦਾ ਵੀ ਇੱਥੇ ਤਾਂ ਅੰਬ ਲੱਗੇ ਨੇ ਇਹ ਨਹੀਂ ਪਤਾ ਵੀ ਕੱਚੇ ਨੇ ਨਹੀਂ ਤੋੜਨੇ ਅਜੇ ਵੱਡੇ ਹੋ ਜਾਣ ਤਾਂ ਤੋੜਾਂਗੇ ਉਹ ਕੱਚੇ ਨਹੀਂ ਵੇਖਦਾ ਪੱਕੇ ਨਹੀਂ ਵੇਖਦਾ ਜਿੱਥੇ ਉਹਦਾ ਦਿਲ ਕਰਦਾ ਡਾਂਗ ਮਾਰ ਕੇ ਤੋੜੀ ਜਾਂਦਾ ਹੈ ਮਨ ਮਰਜ਼ੀ ਕਰਦਾ ਦਸਵੇਂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਦੱਸਿਆ ਵੀ ਇਸੇ ਤਰ੍ਹਾਂ ਕਾਲ ਵੀ ਸਾਰਿਆਂ ਸਰੀਰਾਂ ਨੂੰ ਬੱਚਿਆਂ ਦੇ ਵਾਂਗੂ ਆਪਣੀ ਮਰਜ਼ੀ ਨਾਲ ਜਿਵੇਂ ਛੋਟੇ ਬੱਚੇ ਨੂੰ ਨਹੀਂ ਪਤਾ ਕੱਚੇ ਅਤੇ ਪੱਕੇ ਦਾ ਫਰਕ ਭਾਈ ਕਾਲ ਦੇ ਸਾਹਮਣੇ ਵੀ ਕੋਈ ਫਰਕ ਨਹੀਂ ਹੈ ਕਾਚੀ ਪਾਕੀ ਬਾਹਟ ਪੁਰਾਨੀ ਕੱਚੀ ਜਾਂ ਪੱਕੀ ਫਸਲ ਕਾਲ ਪੁਰਖ ਵੱਢ ਲੈਂਦਾ ਹੈ ਇਹਦੇ ਵਿੱਚ ਬੱਚੇ ਵੀ ਜਾਂਦੇ ਹਨ ਜਵਾਨ ਵੀ ਜਾਂਦੇ ਹਨ ਬਾਰੇ ਬੁੱਢੇ ਤਰਨਾ ਪਈਆ ਸਭ ਨੂੰ ਜਮ ਲੈ ਜਾਈ ਹੈ ਕਾਲ ਜਦੋਂ ਆਉਂਦਾ ਨਾ ਉਹ ਬੱਚਿਆਂ ਨੂੰ ਨਹੀਂ ਵੇਖਦਾ ਕਿਸੇ ਕੈਸੇ ਕੈਸੇ ਪਿਆਰੇ ਸੋਹਣੇ ਰੂਪ ਵਾਲੇ ਬੱਚੇ ਸੰਸਾਰ 'ਚ ਦੁਨੀਆ ਦੇਖਦੀ ਹੈ ਜਿਨ੍ਹਾਂ ਨੂੰ ਵੇਖ ਕੇ ਭੁੱਲ ਆਪਾਂ ਫਿਰ ਜਾਂਦੇ ਜਵਾਨ ਸੋਹਣੇ ਰੂਪ ਵਾਲੇ ਜਿਨ੍ਹਾਂ ਦੇ ਸਰੀਰ ਦਾ ਬਲ ਸੀ ਜਿਨ੍ਹਾਂ 'ਚ ਸੁੰਦਰਤਾ ਸੀ ਕਾਲ ਉਹਨਾਂ ਨੂੰ ਵੀ ਖਾਂਦਾ ਅਤੇ ਜਿਹੜੇ ਬਜ਼ੁਰਗ ਹਨ ਉਹਨਾਂ ਨੂੰ ਤਾਂ ਕਾਲ ਨੇ ਆਪਣੇ ਵੱਸ ਪਾਇਆ ਹੀ ਹੋਇਆ ਪਰ ਕਾਲ ਸਾਰਿਆਂ ਨੂੰ ਖਾਣ ਵਾਲਾ ਅਤੇ ਇਸ ਤਰ੍ਹਾਂ ਖਾਂਦਾ ਜਿਵੇਂ ਬੱਚਾ ਕੋਈ ਵਿਚਾਰ ਨਹੀਂ ਕਰਦਾ ਕਾਲ ਵੀ ਕੋਈ ਵਿਚਾਰ ਨਹੀਂ ਕਰਦਾ ਇੱਥੇ ਦਸਵੇਂ ਪਾਤਸ਼ਾਹ ਕਹਿੰਦੇ ਮਸਤ ਹਾਥੀ ਦੇ ਵਾਂਗੂ ਬੇਫਿਕਰ ਹੋ ਕੇ ਵੱਢੀ ਜਾਂਦਾ ਜਿਹਨੂੰ ਮਰਜ਼ੀ ਮਦਰਾ ਕਰ ਮਤ ਮਹਾਭਵਕਮ ਸ਼ਰਾਬ ਵਿੱਚ ਮਸਤਿਆ ਹੋਇਆ ਹਾਥੀ ਜਿਵੇਂ ਬਹੁਤ ਉੱਚੀ ਉੱਚੀ ਭਵਕਦਾ ਹੈ ਉੱਚੀ ਉੱਚੀ ਗਰਜਦਾ ਹੈ ਇਸੇ ਤਰ੍ਹਾਂ ਮੰਨ ਲਓ ਬਨ ਮੈਂ ਮਨੋ ਬਾਗ ਬੱਚਾ ਬਬਕਮ ਕਾਲ ਇੱਦਾਂ ਗਰਜਦਾ ਮੰਨ ਲਓ ਜਿਵੇਂ ਇੱਕ ਬਾਘ ਦਾ ਬੱਚਾ ਸ਼ੇਰ ਦਾ ਟਾਈਗਰ ਜਿਹਨੂੰ ਕਹਿੰਦੇ ਹਾਂ ਅਤੇ ਮੰਨ ਲਓ ਸ਼ੇਰ ਦਾ ਬੱਚਾ ਜਿਵੇਂ ਬਬਕ ਮਾਰਦਾ ਹੈ ਉਸੇ ਤਰ੍ਹਾਂ ਕਾਲ ਵੀ ਸਾਰਿਆਂ ਦੇ ਉੱਤੇ ਭਵਕ ਰਿਹਾ ਹੈ ਸਭ ਨੂੰ ਆਪਣੇ ਵਿੱਚ ਲੀਨ ਕਰ ਰਿਹਾ ਡਰਾ ਰਿਹਾ ਭਾਵ ਭੂਤ ਭਵਿੱਖ ਭਵਾਨ ਭਾਵੰ ਕਾਲ ਦਿਆ ਰੂਪ ਨੇ ਮਤਾ ਆਪਾਂ ਸੋਚੀਏ ਨਹੀਂ ਅਜੇ ਤਾਂ ਮੇਰੇ 'ਤੇ ਕਾਲ ਨਹੀਂ ਆਇਆ ਮਹਾਰਾਜ ਕਹਿੰਦੇ ਪਹਿਲਾਂ ਵੀ ਸੀ ਭਾਈ ਅੱਜ ਵੀ ਹੈ ਅੱਗੇ ਵੀ ਹੋਵੇਗਾ ਕਾਲ ਤਿੰਨਾਂ ਰੂਪਾਂ ਵਿੱਚ ਸਦਾ ਹੀ ਸਾਰਿਆਂ ਜੀਵਾਂ ਨੂੰ ਖਾ ਰਿਹਾ ਹੈ
ਕਲ ਕਾਰਣ ਉਬਾਰਣ ਏਕਤਵੰ। ਇੱਕ ਤੂੰ ਹੀ ਹੈ ਜੋ ਸ੍ਰਿਸ਼ਟੀ ਨੂੰ ਜੀਵਾਂ ਨੂੰ ਕਲ ਤੋਂ ਕਲੇਸ਼ ਤੋਂ ਕੱਢਣ ਵਾਲਾ ਹੈ। ਸਭ ਠੌਰ ਨਿਰੰਤਰ ਨਿਤ ਨਯਮ। ਸਭ ਠੌਰ ਸਾਰੀਆਂ ਥਾਵਾਂ 'ਤੇ ਲਗਾਤਾਰ ਨਿਤ ਨਵਾਂ ਉਹੀ ਚੇਤਨ ਕਾਲ ਦੇ ਸਰੂਪ ਵਿੱਚ ਵਿਆਪਕ ਹੈ। ਮ੍ਰਿਦ ਮੰਗਲ ਰੂਪ ਤੋਯੰ ਸੁਭਯੰ। ਬੜਾ ਕੋਮਲ ਪਿਆਰਾ ਰੂਪ ਹੈ ਤੇਰਾ ਅਤੇ ਸੁਭਾਏਮਾਨ ਹੋ ਰਿਹਾ ਹੈ। ਦਿੜ ਦਾੜ ਕਰਾਲ ਦੁਐ ਸੇਤ ਯੋਧਮ। ਤੇਰੀਆਂ ਦੋ ਦਾੜਾਂ ਹਨ ਜੋ ਬੜੀਆਂ ਦਿੜ ਪੱਕੀਆਂ ਹਨ, ਕਰਾਲ ਭਿਆਨਕ ਰੂਪ ਹਨ, ਚਿੱਟੇ ਰੰਗ ਦੀਆਂ ਉੱਚੀਆਂ ਦਾੜਾਂ ਹਨ ਜਿਹਦੇ ਵਿੱਚ ਹਰ ਕੋਈ ਚੱਬਿਆ ਜਾ ਰਿਹਾ ਹੈ। ਉਹ ਦੋ ਦਾੜਾਂ ਕਾਲ ਦੀਆਂ ਸਾਰੇ ਜਗਤ ਨੂੰ ਖਾ ਰਹੀਆਂ। ਜਿਹੇ ਭਾਜਤ ਦੁਸ਼ਟ ਬਿਲੋਕ ਜੁਧਮ। ਜਿਹਦੇ ਅੱਗੇ ਦੁਸ਼ਟ ਦੈਂਤ ਦੁਖੀ ਜੰਗ ਦੇ ਮੈਦਾਨ ਵਿੱਚ ਅੱਗੇ ਅੱਗੇ ਭੱਜਦੇ ਫਿਰਦੇ ਹਨ, ਜਿਹਨੂੰ ਵੇਖ ਕੇ ਦੈਂਤ ਦੁਸ਼ਟ ਭੱਜ ਕੇ ਡਰ ਜਾਂਦੇ। ਮਦ ਮਤ ਕਿਰਪਾਣ ਕਹਰਾਲ ਧਰਮ। ਜਿਹੜਾ ਮਸਤੇ ਹੋਏ ਹਾਥੀ ਦੇ ਸਮਾਨ, ਜਿਵੇਂ ਮਸਤੇ ਹਾਥੀ ਦੇ ਅੱਗੇ ਪੁਰਾਣੇ ਸਮੇਂ ਕੀ ਕਰਦੇ ਸੀ ਕਿ ਅੱਗੇ ਸੁੰਡ ਦੇ ਨਾਲ ਵੱਡੀ ਸੈਫ ਬੰਨ੍ਹ ਦਿੰਦੇ ਸੀ। ਬਾਬਾ ਬਚਿੱਤਰ ਸਿੰਘ ਹੋਰਾਂ ਦੇ ਸਮੇਂ ਜਦੋਂ ਜੰਗ ਵਿੱਚ ਭਾਈ ਬਚਿੱਤਰ ਸਿੰਘ ਜੀ ਗਏ ਤਾਂ ਉਦੋਂ ਉਸ ਹਾਥੀ ਦੇ ਜਿਹਦੇ ਨਾਗਣੀ ਮਾਰੀ ਹੈ, ਸੱਤ ਫਲਾਦ ਦੀਆਂ ਤਵੀਆਂ ਪਾੜ ਕੇ ਉਸ ਹਾਥੀ ਦੇ ਮੱਥੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਹੋਰਾਂ ਨੇ ਨਾਗਣੀ ਮਾਰ ਕੇ ਉਹਦੇ ਦਿਮਾਗ ਨੂੰ ਚਕਚੋਰ ਕੇ ਰੱਖ ਦਿੱਤਾ। ਉਸ ਹਾਥੀ ਦੇ ਸੁੰਡ ਦੇ ਨਾਲ ਵੱਡੀ 4-5 ਫੁੱਟ ਦੀ ਸੈਫ ਬੰਨ੍ਹੀ ਹੋਈ ਸੀ, ਲੰਮੀ ਸੈਫ। ਉਸ ਸੈਫ ਦੇ ਨਾਲ ਜਦੋਂ ਉਹ ਸੁੰਡ ਮਾਰਦਾ ਸੀ ਤਾਂ ਬੜੀ ਜ਼ਿਆਦਾ ਘੋੜਿਆਂ ਦੀਆਂ ਲੱਤਾਂ ਵੱਢਦਾ ਜਾਂਦਾ, ਕਿਉਂਕਿ ਘੋੜੇ ਦੀ ਲੱਤ ਬਹੁਤ ਕੂਲੀ ਹੁੰਦੀ ਹੈ ਅਤੇ ਜੰਗ ਦੇ ਮੈਦਾਨ ਵਿੱਚ ਬੜਾ ਜ਼ਿਆਦਾ ਨੁਕਸਾਨ ਕਰਦੇ ਸੀ ਘੋੜੇ। ਬਾਬਾ ਬਚਿੱਤਰ ਸਿੰਘ ਜੀ ਹੋਰਾਂ ਨੇ ਜਦੋਂ ਮਾਰਿਆ ਹੈ ਤਾਂ ਉਦੋਂ ਖਾਲਸਾ ਜੀ ਹਾਥੀ ਜਿਹੜਾ ਹੈ ਉਹ ਪਿਛਲੇ ਪਾਸੇ ਨੂੰ ਘੁੰਮ ਗਿਆ। ਇੰਨੀ ਪੀੜਾ ਆਈ ਕਿ ਉਹ ਦੁਖੀ ਹੋ ਕੇ ਬੜੀ ਤੇਜ਼ੀ ਨਾਲ ਆਪਣੀ ਸੁੰਡ ਚਟਕਾਉਂਦਾ ਸੀ ਅਤੇ ਉਹਨੇ ਆਪਣੇ ਹੀ ਸਿਪਾਹੀ ਜਿਹੜੇ ਨੇ ਤੁਰਕ ਜਿਹੜੇ ਸੀ ਉਹ ਹੀ ਮਾਰ ਦਿੱਤੇ, ਪਹਾੜੀਏ ਮਾਰੇ। ਸੋ ਇਸ ਤਰ੍ਹਾਂ ਬਾਬਾ ਬਚਿੱਤਰ ਸਿੰਘ ਜੀ ਹੋਰਾਂ ਨੇ ਵੀ ਜਿਹੜਾ ਜੰਗ ਕੀਤਾ ਉਹਦੇ ਵਿੱਚ ਐਸੇ ਹਾਥੀ ਨੂੰ ਮਾਰਿਆ ਸੀ। ਕਿਹੋ ਜਿਹਾ ਹਾਥੀ? ਜਿਹਦੇ ਮਦ ਮਸਤ ਹੋ ਕਰਕੇ ਹੱਥ ਵਿੱਚ ਕਿਰਪਾਨ ਧਾਰੀ ਹੋਈ ਹੋਵੇ। ਮਦ ਮਤ ਕਿਰਪਾਨ ਕਰਾਲ ਧਰਮ। ਮਸਤਿਆ ਹੋਇਆ ਹਾਥੀ ਜੋ ਕਿਰਪਾਨ ਦਾ ਰੂਪ ਧਾਰ ਕੇ ਸਾਹਮਣੇ ਸੁੰਡ ਕੇ ਕਰਾਲ ਭਿਆਨਕ ਰੂਪ ਧਾਰ ਲੈਂਦਾ ਹੈ। ਦਸਮ ਪਾਤਸ਼ਾਹ ਕਹਿੰਦੇ ਪਿਆਰਿਓ, ਕਾਲ ਜਿਹੜਾ ਨਾ ਇੱਦਾਂ ਬੇਫਿਕਰ ਹੋ ਕੇ ਭਿਆਨਕ ਰੂਪ ਧਾਰ ਕੇ ਬੈਠਾ ਹੈ, ਨਾਲੇ ਮਸਤਿਆ ਹਾਥੀ ਅਤੇ ਨਾਲੇ ਉਹਦੀ ਸੁੰਡ ਨਾਲ ਸੈਫ ਬੰਨ੍ਹੀ ਹੋਈ, ਕਿਰਪਾਨ ਬੰਨ੍ਹੀ ਹੋਈ। ਕੌਣ ਫੜੇਗਾ, ਕੌਣ ਹੱਥ ਪਾਏਗਾ? ਮਸਤੇ ਹਾਥੀ ਨੂੰ ਸ਼ਾਇਦ ਫੜਨ ਦਾ ਢੰਗ ਹੋਵੇ, ਪਰ ਜਿਹੜੀ ਸੁੰਡ ਤੋਂ ਫੜਨਾ, ਜੋ ਲੱਤਾਂ 'ਤੇ ਕੋਈ ਵਸ ਪਾਉਣਾ, ਉਹਦੇ ਲੱਗੀ ਅੱਗੇ ਕਿਰਪਾਨ ਸੈਫ ਹੈ, ਫਿਰ ਕੌਣ ਹੱਥ ਪਾਏ? ਇਸ ਲਈ ਬੜਾ ਮਸਤ ਹਾਥੀ ਹੈ ਕਾਲ। ਕਾਲ ਇੱਦਾਂ ਗਰਜਦਾ ਹੈ, ਕਾਲ ਦਾ ਰੂਪ ਇਸ ਪ੍ਰਕਾਰ ਹੈ ਜੋ ਆਪਣੀ ਮਨ ਮਰਜ਼ੀ ਸਾਰੇ ਜਗਤ ਉੱਤੇ ਕਰ ਰਿਹਾ ਹੈ। ਜੈ ਸਦ ਸੁਰਾ ਸੁਰਯੰ ਉਚਰੰ। ਜਿਹਦੀ ਸਦਾ ਹੀ ਜੈ ਜੈਕਾਰ ਕੀਤੀ ਜਾਂਦੀ ਹੈ। ਕੌਣ ਕਰਦਾ? ਸੁਰਾ ਸੁਰੰ ਦੇਵਤੇ ਅਤੇ ਦੈਂਤ। ਸੁਰ ਅਸੁਰਮਯੰ ਪਾਠ ਹੈ, ਸੁਰਾ ਸੁਰਯੰ
ਦੇਵਤੇ ਅਤੇ ਦੈਂਤ ਜਿਸ ਦੀ ਜੈ ਜੈਕਾਰ ਸਦਾ ਵਾਸਤੇ ਉਚਾਰਨ ਕਰ ਰਹੇ ਹਨ, ਉਹ ਕਾਲ ਸਰੂਪ। ਨਵ ਕਿੰਕਣ ਨੇਵਰ ਨਾਦ ਹੋਵੰ, ਜਿਹਦੇ ਹੁਕਮ ਦੀ ਆਵਾਜ਼ ਸਦਾ ਹੀ ਕਿੰਗਣੀ। ਕਿੰਗਣੀ ਇੱਕ ਐਸਾ ਗਹਿਣਾ ਹੈ ਜੋ ਲੱਕ ਦੇ ਨਾਲ ਬੰਨਦੇ ਸੀ, ਉਹਨੂੰ ਤੜਾਗੀ ਕਹਿੰਦੇ। ਕਹਿੰਦੇ ਕਾਲ ਦੇ ਪਾਈ ਹੋਈ ਤੜਾਗੀ ਦੇ ਸਮਾਨ ਇਹ ਉਹਦਾ ਹੁਕਮ ਵਰਤ ਰਿਹਾ ਹੈ। ਨੇਵਰ ਝਾਂਜਰ ਦੇ ਸਮਾਨ ਮਿੱਠੀ ਆਵਾਜ਼ ਉਹਦੇ ਹੁਕਮ ਦੀ ਸਾਰਿਆਂ ਨੂੰ ਮੋਹਿਤ ਕਰਦੀ ਹੈ। ਕਾਲ ਦੇ ਅਧੀਨ ਸਾਰੇ ਚੱਲ ਵਸਦੇ। ਚੱਲ ਚਾਲ ਸਭਾ ਚੱਲ ਕੰਪ ਭੂਵੰ, ਕਾਲ ਇੰਨਾ ਬਲੀ ਹੈ, ਇੰਨਾ ਵੱਡਾ ਸਮਰੱਥ ਰੂਪ ਹੈ ਕਿ ਜਦੋਂ ਉਹ ਚੱਲਦਾ ਹੈ ਨਾ, ਵੈਸੇ ਕਾਲ ਨੇ ਜਾਣਾ ਕਿੱਥੇ ਹੈ, ਜਦੋਂ ਉਹਦਾ ਇੱਕ ਮੂਰਤੀਮਾਨ ਰੂਪ ਦੱਸਦੇ ਪਏ ਹੈ। ਉਹਦਾ ਮੂਰਤੀਮਾਨ ਰੂਪ ਕੈਸਾ ਕਿ ਜਦੋਂ ਉਹ ਚੱਲਦਾ ਹੈ ਸਾਰਿਆਂ ਵਿੱਚ ਹਲਚਲ ਮੱਚ ਜਾਂਦੀ, ਇੰਨੀ ਹਲਚਲ ਮੱਚ ਜਾਂਦੀ ਹੈ, ਕੰਪ ਭੂਵੰ ਧਰਤੀ ਤੱਕ ਕੰਬ ਜਾਂਦੀ, ਧਰਤੀ ਤੱਕ ਕੰਬ ਜਾਂਦੀ ਹੈ ਕਾਲ ਦੇ ਰੂਪ ਨਾਲ। ਜਿਵੇਂ ਕਿਸੇ ਬਲੀ ਜਾਨਵਰ ਦੇ, ਹਾਥੀ ਜਾਂ ਡਾਇਨਾਸੋਰ ਆਪਾਂ ਮੰਨਦੇ ਹਾਂ ਜੋ ਕਰੋੜਾਂ ਸਾਲ ਪਹਿਲਾਂ ਹੋਏ ਨੇ, ਔਰ ਮੱਛੀਆਂ ਵੀ ਸਮੁੰਦਰ ਵਿੱਚ ਬੜੀ ਬੜੀ ਵੱਡੀਆਂ ਨੇ, ਬੜੇ ਬੜੇ ਤਗੜੇ ਜੀਵ ਹੋਏ ਨੇ, ਪਰ ਕਾਲ ਇਹੋ ਜਿਹਾ ਹੈ ਮਹਾਰਾਜ ਕਹਿੰਦੇ ਅਨੰਤ ਧਰਤੀਆਂ ਜਿਹਦੇ ਸਾਹਮਣੇ ਕੰਬਦੀਆਂ, ਕਾਲ ਇਹੋ ਜਿਹਾ ਰੂਪ ਹੈ। ਉਹਦੀ ਹਲਚਲ ਰੱਤੀ ਭਰ ਵੀ ਹਲਚਲ ਸ੍ਰਿਸ਼ਟੀ ਨੂੰ ਸੰਸਾਰ ਨੂੰ ਹਿਲਾ ਦਿੰਦੀ ਹੈ। ਕਣ ਘੁੰਗਰ ਘੰਟਣ ਘੋਰ ਸੁਰੰ, ਜਿਸ ਤਰ੍ਹਾਂ ਬੱਦਲਾਂ ਦੀ ਗਰਜਣਾ ਹੈ ਐਸੀ ਗੰਭੀਰ ਉਹਦੇ ਘੁੰਗਰੂ ਦੀ ਆਵਾਜ਼ ਹੈ, ਉਹਦੇ ਘੰਟੇ ਹੱਥ ਵਿੱਚ ਫੜੇ ਹੋਏ ਘੰਟੇ ਦੀ ਆਵਾਜ਼ ਹੈ, ਨਗਾਰਿਆਂ ਦੀ ਆਵਾਜ਼ ਹੈ, ਅਤੇ ਯਾਨੀ ਜਿਹੜਾ ਉਹਦਾ ਹੁਕਮ ਦੀ ਆਵਾਜ਼ ਹੈ ਉਹ ਨਾਦ ਦੇ ਸਮਾਨ ਪ੍ਰਗਟ ਹੋ ਰਹੀ। ਚਰ ਚਾਰ ਚਰਾ ਚਰ ਅੰਹੋਹਰੰ, ਸੰਸਾਰ ਵਿੱਚ ਚਰਾ ਅਚਰ ਚਰ ਚੱਲਣ ਵਾਲੇ ਚੇਤਨ ਪ੍ਰਾਣੀ, ਅਚਰ ਜੋ ਨਹੀਂ ਚੱਲ ਸਕਦੇ, ਜੜ ਜੜ ਵਸਤੂਆਂ ਦੇ ਸਮਾਨ ਅਤੇ ਰਹਿਣ ਵਾਲੇ ਜੋ ਰੂਪ ਪੱਥਰ ਦਰਖਤ ਐਸੇ ਸਰੀਰ ਅਤੇ ਚੱਲਣ ਵਾਲੇ ਪਸ਼ੂ ਪੰਛੀ ਮਨੁੱਖ ਸਾਰੇ ਆ ਗਏ, ਇਹਨਾਂ ਸਾਰਿਆਂ ਦੇ ਉੱਤੇ ਭੈ ਉਸੇ ਕਾਲ ਦਾ ਚੱਲਦਾ ਹੈ। ਜੜ ਵਸਤੂਆਂ ਵੀ ਕਾਲ ਦੇ ਅਧੀਨ ਹਨ, ਚੇਤਨ ਵਸਤੂ ਵੀ ਕਾਲ ਦੇ ਅਧੀਨ ਹੈ, ਚੇਤਨ ਪ੍ਰਾਣੀ ਚੇਤਨ ਸਰੀਰ ਜਿਹੜੇ ਦਿਖ ਰਹੇ ਨੇ ਉਹ ਜੜ ਚੇਤਨ ਸਾਰੇ ਚਰ ਚਾਰ ਚੱਲਣ ਵਾਲੇ ਸੋਹਣੇ ਰੂਪ ਅਤੇ ਅਚਰ ਨਾ ਚੱਲਣ ਵਾਲੇ ਜੜ ਉਹਦੇ ਅੱਗੇ ਹੋਹਰੰਗ ਦਾ ਅਰਥ ਹੈ ਜਿਵੇਂ ਆਪਾਂ ਕਹਿੰਦੇ ਕਿਸੇ ਦੇ ਸਾਹਮਣੇ ਠੰਬਰ ਜਾਣਾ, ਡਰ ਜਾਣਾ, ਭੈ ਕਰ ਜਾਣਾ। ਕਾਲ ਦੇ ਸਾਹਮਣੇ ਸਾਰੇ ਇੱਕ ਵਾਰੀ ਡਰ ਜਾਂਦੇ, ਭੈ ਖਾ ਜਾਂਦੇ। ਚੱਲ ਚੌਦੋਂ ਚੱਕਰਨ ਚੱਕਰ ਫੇਰੰ, ਜੇ ਦੇਖੀਏ ਤਾਂ ਚੌਦਾਂ ਚੱਕਾਂ ਦੇ ਵਿੱਚ ਜਿੰਨੇ ਚੌਦਾਂ ਲੋਕ ਨੇ ਉਹਨਾਂ ਸਾਰੇ ਚੱਕਾਂ ਦੇ ਵਿੱਚ ਉਸੇ ਦਾ ਚੱਕਰ ਫਿਰ ਰਿਹਾ, ਉਹਦੇ ਹੁਕਮ ਫਿਰ ਰਿਹਾ ਹੈ। ਵਡਵੰ ਘਟਵੰ ਹਰੀਅੰ ਸੁਭਰੰ, ਸ੍ਰਿਸ਼ਟੀ ਨੂੰ ਬਣਾਉਣਾ, ਵਧਾ ਦੇਣਾ, ਘਟਾ ਦੇਣਾ, ਹਰੀਅੰ ਖੋ ਲੈਣਾ, ਹਰਿਆ ਭਰਿਆ ਕਰ ਦੇਣਾ, ਸੁਭਰੰ ਸਭ ਉਸ ਦੇ ਹੱਥ ਹੈ। ਵਧਾਉਣਾ ਘਟਾਉਣਾ ਖੋ ਲੈਣਾ, ਉਹਨਾਂ ਦੇ ਸੁੱਖ ਪਦਾਰਥ ਭਰ ਦੇਣੇ ਇਹ ਕਾਲ ਦੇ ਹੱਥ ਹੈ। ਕਾਲ ਹੀ ਬਣਾਉਂਦਾ, ਮਨੁੱਖ ਮਾਣ ਕਰੇ ਕਿ ਮੈਂ ਇੰਨਾ ਕੁਛ ਬਣਾ ਲਿਆ। ਕਦੋਂ ਬਣਾਇਆ ਜੀ? ਇੰਨੇ ਸਾਲ ਲੱਗੇ, ਇੰਨੀ ਮਿਹਨਤ ਕੀਤੀ ਹੈ, 2 ਸਾਲ ਹੋ ਗਏ, 10 ਸਾਲ ਹੋ ਗਏ, ਮੈਂ ਇੰਨਾ ਕੁਛ ਕਰ ਦਿੱਤਾ। ਜਾਂ ਇਹ ਕਹਿ ਦੀ ਰਾਤੋ ਰਾਤ ਮੈਂ ਇੰਨਾ ਕੁਛ ਕਰ ਦਿੱਤਾ, ਉਹ ਰਾਤ ਤਾਂ ਲੰਘੀ ਹੈ, ਰਾਤ ਕਿਹਦੇ ਵਿੱਚੋਂ ਆਈ ਹੈ? ਰਾਤ ਉਹ ਤਾਂ ਆਈ ਹੈ ਜੇ ਇੰਨੇ ਸਾਲ ਇਹ ਸਰੀਰ ਹੈ ਸੀ, ਇਹ ਸਰੀਰ ਤਾਂ ਕਾਲ ਵਿੱਚ ਹੀ ਜੰਮਿਆ ਸੀ। ਸੋ ਹਰ ਵਸਤੂ ਕਾਲ ਵਿੱਚ ਹੀ ਬਣਦੀ ਹੈ, ਕਾਲ ਹੀ ਸਾਰਿਆਂ ਨੂੰ ਬਣਾਉਂਦਾ ਹੈ ਅਤੇ ਲੀਨ ਕਰ। ਜਗ ਜੀਵ ਜਿਤ ਜਲ ਅੰਥਲ ਅੰ,
ਜਿੰਨੇ ਜਗਤ ਦੇ ਜੀਵ ਹਨ, ਜਲ ਵਿੱਚ, ਥਲ ਵਿੱਚ, ਅਸ ਕੋ ਜੋ ਤਵਾਇਸ ਅੰਗ ਮਲਿਅੰ, ਐਸਾ ਕੌਣ ਹੈ ਜੋ ਤੇਰੀ ਆਇਸ ਤਵ ਆਇਸ ਅੰਗ ਪਾਠ ਤਵਾਇਸ ਸਵੰਗ, ਆਪ ਜੀ ਦੀ ਆਗਿਆ ਨੂੰ ਜੋ ਮਲ ਦੇਵੇ, ਪੀਸ ਦੇਵੇ, ਜੋ ਕਾਲ ਦੀ ਆਗਿਆ ਨੂੰ ਮੇਟ ਸਕੇ, ਐਸਾ ਕੌਣ ਹੈ? 14 ਲੋਕਾਂ ਵਿੱਚ ਨਹੀਂ ਹੈ। ਜਗ ਜੀਵ ਜਿਤੇ ਜਲਿਅੰਗ ਥਲਿਅੰਗ, ਜਲ ਅਤੇ ਥਲ ਵਿੱਚ ਜਿੰਨੇ ਜੀਵ ਨੇ ਸਾਰੇ ਤੇਰੀ ਆਗਿਆ ਵਿੱਚ ਚੱਲਦੇ। ਅਸ ਕੋ ਜੋ, ਐਸਾ ਕੌਣ ਹੈ ਜੋ ਤਵ ਆਇਸੰਗ, ਆਪ ਜੀ ਦੀ ਆਗਿਆ ਨੂੰ ਮਲ ਦੇਵੇ, ਪੀਸ ਦੇਵੇ, ਮੇਟ ਸਕੇ? ਕੋਈ ਨਹੀਂ ਹੈ। ਘਟ ਭਾਦਵ ਮਾਸ ਕੀ ਜਾਣ ਸੁਭੰ, ਭਾਦਰੋਂ ਮਹੀਨੇ ਦੀਆਂ ਘਟਾਵਾਂ, ਜੋ ਕਾਲੀਆਂ ਘਟਾਵਾਂ ਹਨ, ਹੇ ਕਾਲ, ਆਪ ਜੀ ਐਸੇ ਰੂਪ ਵਿੱਚ ਸਾਰਿਆਂ ਦੇ ਉੱਤੇ ਮੰਡਰਾਏ ਹੋਏ, ਕਿਉਂਕਿ ਉਸ ਸਮੇਂ ਕਾਲੀਆਂ ਘਟਾਵਾਂ ਮੰਡਰਾਈਆਂ ਹੁੰਦੀਆਂ ਨਾ ਆਕਾਸ਼ ਵਿੱਚ, ਅਤੇ ਸਾਰੇ ਖੇਤਾਂ ਉੱਤੇ ਸਾਰੇ ਪਾਸੇ ਜੋ ਮੰਡਰਾ ਕੇ ਆਉਂਦੀਆਂ ਨੇ, ਅਚਾਨਕ ਹੀ ਇੱਕ ਪਾਸੇ ਆ ਗਈਆਂ, ਦੂਜੇ ਪਾਸੇ ਨਹੀਂ ਹੈ। ਭਾਦਰੋਂ ਦਾ ਅਰਥ ਹੈ ਭਾ ਦੋਏ, ਦੋ ਭਾਅ ਵਿੱਚ, ਇੱਕ ਖੇਤ ਦੇ ਅੱਧੇ ਪਾਸੇ ਹੈ, ਦੂਜੇ ਪਾਸੇ ਨਹੀਂ ਹੈ। ਕਾਲ ਕਦੇ ਕਿਤੇ ਪ੍ਰਗਟ ਹੋ ਰਿਹਾ, ਕਦੇ ਕਿਤੇ, ਹੈ ਵਿਆਪਕ ਹੈ ਪਰ ਅਨੇਕ ਥਾਵਾਂ 'ਤੇ ਪ੍ਰਗਟ ਹੈ, ਕਈ ਥਾਵਾਂ 'ਤੇ ਗੁਪਤ ਹੈ। ਘਟ ਭਾਦਵ ਮਾਸ ਕੀ, ਭਾਦਰੋਂ ਮਹੀਨੇ ਦੀਆਂ ਜਿਵੇਂ ਕਾਲੀਆਂ ਘਟਾਵਾਂ ਹਨ, ਇੱਦਾਂ ਹੀ ਕਾਲ ਸਾਰਿਆਂ ਦੇ ਉੱਪਰ ਮੰਡਰਾ ਰਿਹਾ। ਤਨ ਸਾਵਰੇ ਰਾਵਰੇ ਅੰਹੁਲ ਸੰਗ, ਹੇ ਪਿਆਰੇ, ਆਪ ਜੀ ਦੇ, ਰਾਵਰ ਮੈਨੇ ਤੁਹਾਡੇ, ਆਪ ਜੀ ਦੇ ਸਰੀਰ ਦਾ ਰੂਪ ਸਾਂਵਲਾ ਹੈ। ਤਨ ਸਾਵਰੇ, ਐਸਾ ਹੇ ਸਾਂਵਲੇ, ਹੇ ਕਾਲ ਰੂਪ, ਆਪ ਇਸ ਤਰ੍ਹਾਂ ਹੁਲਸੰਗ ਪ੍ਰਸੰਨ ਹੋ ਰਹੇ ਹੋ ਕਿ ਸਾਰਿਆਂ ਨੂੰ ਤੁਹਾਡੇ ਕਾਲੇ ਰੰਗ ਦੇ ਸਰੀਰ ਵਿੱਚ ਕਾਲ ਦਾ ਐਸਾ ਰੂਪ ਹੈ। ਰਾਦ ਪੰਗਤ ਦਮਨੀ ਅੰਗ ਦਮਕੰ, ਅਤੇ ਤੇਰੇ ਸੁੰਦਰ ਰਾਦ ਨਾਮ ਦੰਦ, ਸੋਹਣੇ ਦੰਦਾਂ ਦੀ ਪੰਗਤੀ, ਦਮਨੀ ਅੰਗ ਦਮਕੰ, ਇੱਦਾਂ ਚਮਕ ਰਹੇ ਨੇ ਜਿਵੇਂ ਬਿਜਲੀ ਚਮਕ ਰਹੀ ਹੋਵੇ। ਕਾਲੇ ਘਟਾਵਾਂ ਵਿੱਚ ਜਿਵੇਂ ਬਿਜਲੀ ਚਮਕਦੀ ਹੈ, ਇੱਦਾਂ ਕਾਲ ਦਾ, ਕਾਲੇ ਰੰਗ ਦਾ ਭਿਆਨਕ। ਕਾਲਾ ਕਿਉਂ ਆਖਿਆ? ਕਿਉਂਕਿ ਕਾਲਾ ਰੰਗ ਕਿਸੇ ਨੂੰ ਪਿਆਰਾ ਨਹੀਂ ਹੁੰਦਾ। ਕਲਯੁੱਗ ਵਿੱਚ ਲੋਕ ਕਾਲਾ ਰੰਗ ਬੜਾ ਆਮ ਧਾਰ ਲੈਂਦੇ, ਪੁਰਾਣੇ ਸਮੇਂ ਵਿੱਚ ਕਾਲਾ ਰੰਗ ਮੌਤ ਦਾ ਪ੍ਰਤੀਕ ਸੀ, ਨਹੀਂ ਸੀ ਧਾਰਦੇ ਕਿ ਇਹ ਦੁਖਦਾਇਕ ਰੰਗ ਹੈ। ਚਿੱਟਾ ਰੰਗ ਜ਼ਿਆਦਾ, ਸਫੇਦ ਰੰਗ ਸਮਾਜ ਪਸੰਦ ਕਰਦਾ, ਅਤੇ ਕਾਲੇ ਰੰਗ ਦਾ ਭਿਆਨਕ ਰੂਪ, ਉਹਦੇ ਵਿੱਚੋਂ ਚਿੱਟੇ ਰੰਗ ਦੇ ਦੰਦ ਚਮਕ ਰਹੇ ਨੇ। ਸੋ ਹੇ ਕਾਲ ਸਰੂਪ ਜੀ, ਤੁਸੀਂ ਭਿਆਨਕਤਾ ਦਾ ਰੂਪ ਵੀ ਹੋ, ਰੁਦਰ ਰੂਪ ਵੀ ਹੋ, ਅਤੇ ਕੈਸਾ ਭਿਆਨਕ ਰੂਪ ਹੈ ਕਿ ਆਪ ਜੀ ਦੇ ਦੰਦਾਂ ਦੀ ਪੰਕਤੀ ਬਿਜਲੀ ਦੇ ਸਮਾਨ ਚਮਕ ਰਹੀ ਹੈ, ਜਿਵੇਂ ਕਾਲੀਆਂ ਘਟਾਵਾਂ ਵਿੱਚ ਬਿਜਲੀ ਚਮਕਦੀ ਉਹ ਪੈ ਦਿੰਦੀ ਹੈ। ਕਨ ਘੁੰਗਰ ਘੰਟ ਸੁਰੰਗ ਕਮਕੰ, ਅਤੇ ਆਪ ਜੀ ਦੇ ਜਿਹੜੀ ਆਵਾਜ਼ ਹੈ, ਆਵਾਜ਼ ਘੁੰਗਰੂ ਅਤੇ ਘੰਟੇ ਦੇ, ਉਹ ਇਸ ਤਰ੍ਹਾਂ ਦੀ ਆਵਾਜ਼ ਹੈ ਜਿਵੇਂ ਬੱਦਲ ਗਰਜਦਾ। ਹੁਣ ਕਾਲੀਆਂ ਘਟਾਵਾਂ, ਬਿਜਲੀ ਚਮਕੇ, ਬੱਦਲ ਗਰਜੇ, ਉਸ ਨੂੰ ਵੇਖ ਕੇ ਇੱਕ ਕੋਮਲ ਦਿਲ ਵਾਲਾ, ਕੋਮਲ ਦਿਲ ਵਾਲਾ ਸਰੀਰ, ਮਨੁੱਖ, ਪਸ਼ੂ, ਕੋਈ ਵੀ ਜੀਵ ਹੈ, ਉਹ ਇੱਕਦਮ ਭੈ ਕਰ ਜਾਂਦਾ। ਪਸ਼ੂ ਵੀ ਡਰ ਜਾਂਦੇ ਨੇ। ਉਸ ਭੈ ਦਾ ਰੂਪ ਜੋ ਸਾਰੀ ਸ੍ਰਿਸ਼ਟੀ ਨੂੰ ਭੈ ਦੇ ਰਿਹਾ, ਹੇ ਕਾਲ ਸਰੂਪ, ਆਪ ਦਾ ਇਹ ਸਰੂਪ ਹੈ ਕਿ ਜਿਹਦੇ ਅੱਗੇ ਸਾਰਾ ਸੰਸਾਰ ਭੈ ਕਰ ਜਾਂਦਾ ਹੈ। ਇੱਥੇ ਤੱਕ ਇਹ ਕਾਲ ਦੇ ਸਰੂਪ ਦਾ ਵਰਣਨ ਹੈ। ਅੱਗੇ ਮਹਾਰਾਜ ਭੁਜੰਗ ਪ੍ਰਿਆਦ ਛੰਦ ਵਿੱਚ ਜੋ ਕਿਰਪਾ ਕੀਤੀ, ਜਿਹਦੇ ਵਿੱਚ ਅਨੇਕਾਂ ਹੀ ਕਾਲ ਨੇ ਅੱਜ ਤੱਕ ਕਿਹਨੂੰ ਕਿਹਨੂੰ ਪੈਦਾ ਕੀਤਾ, ਅਤੇ ਲੱਖਾਂ ਯਤਨ ਕਰਕੇ ਕਾਲ ਤੋਂ ਕੋਈ ਬਚ ਨਹੀਂ ਸਕਿਆ, ਬਿਨਾਂ ਸਰਨ ਤਾਂ ਕਿ ਨਹੀਂ ਔਰ ਓਟਮ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਜੰਤਰ ਮੰਤਰ ਕਰ ਲਓ, ਲਿਖੇ ਜੰਤਰ ਕੇਤੇ ਪੜੰਗ ਮੰਤਰ ਕੋਟੰ, ਬਿਨਾਂ ਸ਼ਰਨ ਤਾਂ ਕਿ ਨਹੀਂ ਔਰ ਓਟਮ।
बिना उसकी शरण तो और किसी की ओट नहीं है। लखां यतन भी खाली रह जाते हैं। सो अकाल पुरख की बंदगी तो बिना वो अगे अरदास अगे बेनती है, दूजा कोई जीव का साथी नहीं है। जो पावन बचन कलगीधर पातशाह कीते वो आप जी अगले समय सरवण करोगे। इनियां बेनतियां प्रवान करनियां जी, भुल चुक की खिमा करो। राध पंगत दम नियं दम कंकन घुंगर घंट सुरंग कम कम। वाहिगुरु जी का खालसा वाहिगुरु जी की फतेह। राम चरण लाठी जय नाम जी को अंकार सतगुरु प्रसाद।